ਕਿਆ ਕਰਨਾ ਨਹੀਂ ਆਉਂਦਾ ਸਭ ਗੱਲ ਜਿਹੜਾ ਤੁਸੀਂ ਕਰਦੇ ਨਹੀਂ ਅਲੀ ਕਰਕੇ ਮੈਂ ਇੱਦਾਂ ਕਰਦਾ ਕਦੀ ਮੇਰੀ ਠੋਡੀ ਨਹੀਂ ਆਉਂਦੀ ਕਦੀ ਮੱਛਾ ਨਹੀਂ ਆਉਂਦਾ ਕਦੀ ਪੂਰਾ ਮੂੰਹ ਹੀ ਨਹੀਂ ਆਉਂਦਾ ਕਿਹੜਾ ਬੰਦਾ ਨਹੀਂ ਕਰਦਾ ਫਿਰ ਚੱਲ ਵੀ ਜਿਹੜਾ ਵਿਲੋਗ ਹੈ ਨਾ ਵਿਲੋਗ ਹੈ ਅਕਸਰ ਵਿਲ ਮੁੰਡਕ ਤੋਂ ਚੈੱਕ ਕਰ ਕੇ ਨਾ ਵਿਲੋਗ ਜੇ ਮੁੰਡਾ ਆਇਆ ਮੈਂ ਕਿਹਾ ਲਾ ਲੰਮੀ ਗੱਲ ਲੰਮੇ ਪੈ ਕੇ ਸੁਣਾਉਣੀ ਪੈਣੀ ਆ ਲੰਮੇ ਪੈ ਕੇ ਸ਼ੇਅਰ ਕਰਨਾ ਹੈ ਬੰਦਾ ਮੈਨੂੰ ਇਤਰਾਜ਼ ਨਾ ਦੇਵੇ ਹਾਂ ਇਹ ਖੁਸ਼ ਇਹਨੂੰ ਮੈਂ ਕੀਤਾ ਤੇ ਖੁਸ਼ ਕਰਕੇ ਭੇਜਿਆ ਤੇ ਤੁਸੀਂ ਵੀ ਇਹਨੂੰ ਖੁਸ਼ ਕਰਨਾ ਮੇਰੇ ਭਰਾ ਮਾਸ਼ਾਅੱਲਾ ਵੀ ਵਾਲੇ ਦੇਖ ਕਰੋ ਅਲੀ ਵੀ ਜਿਵੇਂ ਕਿ ਤੁਹਾਨੂੰ ਦੱਸਾਂ ਵੀ ਅਲੀ ਬੇਗਾਂ ਨਾਲ ਸਮੇਂ ਤੇ ਮੁਲਾਕਾਤ ਕਰਨ ਤਾਂ ਮਾਸ਼ਾਅੱਲਾ ਅਲੀ ਬੇਗਾਂ ਪਹੁੰਚ ਗਏ ਜਿੱਦਾਂ ਸਾਹ ਕੋ ਇਤਬਾਰ ਹੈ ਉਤਰੀ ਵੱਧ ਕੇ ਅਲੀ ਬੇ ਸਾਹ ਕੋ ਇੱਜ਼ਤ ਦਿੱਤੀ ਤੁਸੀਂ ਵੀਰੋ ਆਪਣੇ ਤੇ ਬੱਬਰ ਸ਼ੇਰੋ ਇਸ ਭਰਾ ਨੂੰ ਨਾ ਹਕੀਮ ਭਾਈ ਬਲੋਗ ਨੂੰ ਇਸ ਚੈਨਲ ਨੂੰ ਤੁਸੀਂ ਮੋਨੋਟਾਈਜ਼ ਨਹੀਂ ਸੋਰੀ ਚਲੋ ਚੱਲਣ ਚਲੋ ਚਲੋ ਉੱਥੋਂ ਕਟਾਈ ਕਰੋਗੇ ਤੁਸੀਂ ਜੀ ਹਕੀਮ ਭਾਈ ਬਲੌਗ ਇਹ ਚੈਨਲ ਦਾ ਨਾਮ ਆ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਇਸ ਅਕਾਊਂਟ ਨੂੰ ਸ਼ੇਅਰ ਕਰਨਾ ਹੈ ਇਹ ਬੰਦਾ ਮੈਨੂੰ ਇਤਰਾਜ਼ ਨਾ ਦੇਵੇ ਹਾਂ ਇਹ ਖੁਸ਼ ਇਹਨੂੰ ਮੈਂ ਕੀਤਾ ਤੇ ਖੁਸ਼ ਕਰਕੇ ਭੇਜਿਆ ਤੇ ਤੁਸੀਂ ਵੀ ਇਹਨੂੰ ਖੁਸ਼ ਕਰਨਾ ਮੇਰੇ ਭਰਾਵਾਂ ਨੇ ਜਿਵੇਂ ਮੈਨੂੰ ਖੁਸ਼ ਕੀਤਾ ਸ਼ੁਕਰੀਆ ਅਦਾ ਕਰੇ ਏਸੀ ਵੀ ਚੱਲਦਾ ਪਏ ਅੱਛਾ ਅਲੀ ਭਾਈ ਤੁਸੀਂ ਫੁੱਫੋ ਕੋ ਜ਼ਿਆਦਾ ਕਿਉਂ ਹਰ ਵੀਡੀਓ ਦੇ ਵਿੱਚ ਮੈਂ ਕਿਹੜੇ ਪਾਏ ਫੁੱਪੀਆਂ ਅੱਛਾ ਚਲੋ ਸਾਰੀਆਂ ਫੁੱਪੀਆਂ ਨੂੰ ਸਭ ਕੋ ਪਿਆਰ ਕਰਨੀ ਆ ਜਿਵੇਂ ਇੱਕ ਬਦਰੀਜੋ ਕੋ ਸਾਹਿਬ ਤਾਂ ਕੋ ਫੁੱਫੋ ਨਾਲ ਕਿਆ ਇਹ ਫੁੱਪੀਆਂ ਚੰਗੀਆਂ ਤੁਸੀਂ ਮਕਦਰਾਂ ਵਾਲੇ ਆ ਭਾਈ ਮੈਂ ਲੰਮੀ ਗੱਲ ਲੰਮੇ ਪੈ ਕੇ ਸੁਣਾਉਣੀ ਪੈਣੀ ਆ ਲੰਮੇ ਪੈ ਮਿਲਦਾ ਮਜ਼ਾ ਆਇਆ ਸਬਰ ਕਰੋ ਮੈਂ ਵਲੌਗ ਬਣਾਉਣਾ ਹੀ ਛੱਡ ਗਿਆ ਸਦੋਂ ਸਹੀ ਅਲੀ ਵੀ ਇਵੇਂ ਮੋਬਾਈਲ ਪਕੜਨਾ ਜਿਵੇਂ ਮੈਂ ਪਕੜੀ ਹਾਂ ਮੈਂ ਸਿੱਧਾ ਸਿੱਧਾ ਫੜਦਾ ਵਾ ਫਰੰਟ ਤੋਂ ਇਹ ਕਰਕੇ ਬੈਕ ਦੀ ਬਣਾਉਣੀ ਹੋਵੇ ਤਾਂ ਬੈਕ ਵਾਲਾ ਕੈਮਰਾ ਖੋਲ ਲਈਦਾ ਕਿਹੜਾ ਬੰਦਾ ਨਹੀਂ ਕਰਦਾ ਫਿਰ ਅਲੀ ਵੀ ਜਿਹੜਾ ਵਿਲੋਗ ਹੈ ਨਾ ਵਿਲੋਗ ਹੈ ਅਕਸਰ ਵਿਲ ਮੁੰਡਕ ਤੋਂ ਚੈੱਕ ਕਰ ਕੇ ਨਾ ਵਿਲੋਗ ਸਮਝ ਰਹੇ ਹੋ ਮੈਂ ਉੱਥੇ ਗੱਡੀ ਖਿਲਾਰੀ ਗਿਆ ਅੱਲਾ ਦੀ ਕਸਮ ਗੱਡੀ ਖਿਲਾਰ ਕੇ ਐਵੇ ਆ ਚੌਕ ਮੁੰਡਾ ਹੀ ਉੱਥੇ ਜਾ ਕੇ ਮੈਂ ਲੰਨਤ ਪਾਈ ਰੋਜ਼ ਆਤੇ ਹੈ ਇਸ ਉਮੀਦ ਪੇ ਆਜ ਜੀਤੇਂਗੇ ਕੱਲ ਜੀਤੇ ਬੇਇੱਜ਼ਤੀ ਕਰ ਦਿੱਤੀ ਤੇ ਮੈਂ ਕਿਹਾ ਕਿੰਨੇ ਪੈਸੇ ਲਾਏਗਾ ਜੇ ਤੈਨੂੰ ਮੈਂ ਮਿਲਣ ਆਵਾਂ
ਸਲਾਮ ਲੈਣ ਦਾ 20000 ਰੁਪਏ ਲੈਂਦਾ ਐਵੇਂ ਅੱਲਾ ਦੀ ਕਸਮ ਹੈ ਮਜ਼ਾਕ ਨਹੀਂ ਕਰਦਾ ਵੇਲੇ ਵੇਲੇ ਮੁੰਡੇ ਨੇ ਸਰ ਮੇਰੇ ਕੋਲ ਮੈਸੇਜ ਵਧਨ ਤੇ ਭਾਈ ਯਾਰ 20000 ਤੋਂ ਸੇ ਸਲਾਮ ਕਰਨ ਦਾ ਲਾਈਨ ਕਰ ਗਿਆ ਮੈਂ ਨਾ 5 ਮਿੰਟ ਦੀ ਗੱਪ ਲੈਣੀ ਹੈ ਇੱਕ ਵੀਡੀਓ ਬਣਾਉਣੀ 20000 ਰੁਪਏ ਹੈ ਪ੍ਰੋਮੋਸ਼ਨ ਕਰਨੀ ਹੈ 3 ਲੱਖ ਰੁਪਏ ਹੈ ਕੀ ਬਾਤ ਤੇ ਲਾ ਨੇ ਤਾਂ ਪਾਉ ਇਦਾਂ ਦੀ ਕਮਾਈ ਤੇ ਲਾ ਨੇ ਤਾਂ ਹੈਲੋ ਠੀਕ ਹੈ ਫਿਰਦੇ ਫਿਰਾਂਦੇ ਐਸਾ ਆ ਗਏ ਦੁਬਈ ਸਲੋਨ ਤੇ ਤੁਹਾਨੂੰ ਪਤਾ ਹੈ ਸਾਡਾ ਦੋਸਤ ਹੈ ਹੀ ਕੋ ਮਲਿਕ ਠੀਕ ਹੈ ਵਾਲ ਅਨਸਰਟ ਹੈ ਗਸਾ ਕਰਵਾਇਆ ਜਾਂਦਾ ਰਹਿਣਾ ਹੈ ਇਹ ਬਾਈ ਕਾ ਠੀਕ ਹੈ ਵਾਲ ਸਾਡੇ ਥੋੜ੍ਹੇ ਜਿਹੇ ਵੱਡੇ ਥਾਏ ਵੰਦੇ ਹਨ ਉਹ ਤੁਹਾਨੂੰ ਪਤਾ ਈਦ ਵੀ ਆ ਗਈ ਅਸਾਂ ਕੇ ਹਲਕੇ ਹਲਕੇ ਸੈਟਿੰਗ ਕਰਵਾ ਗਏ ਨੂੰ ਥੋੜ੍ਹੇ ਜਿਹੇ ਛੋਟੇ ਛੋਟੇ ਕਰਵਾ ਗਏ ਨੇ ਜ਼ਿਆਦਾ ਘੱਟ ਹੀ ਨਹੀਂ ਕਰਨੇ ਹੈ ਹਲਕੇ ਹਲਕੇ ਮੁਕਮਲ ਸੋਟਿੰਗ ਕਰਨੀ ਜਿਹੜੀ ਖਿੰਡ ਹੋਈ ਨਾ ਇਹ ਇੰਨਾ ਉੱਚਾ ਹੋਣਾ ਠੀਕ ਹੈ ਅਤੇ ਇਹ ਸ਼ਰਮਾ ਬਾਈ ਕੋ ਹੋਵੇ ਦੋਸਤੋ ਇੱਕ ਤਾਂ ਠੀਕ ਹੈ ਸਲੋਨ ਬਣੇ ਖੜੇ ਕੋਈ ਬਿਹਾਰ ਇੱਦਾਂ 15 ਬੰਦਾ ਮਿਲਦਾ ਸੀ ਲੇਕਿਨ ਜਿਸ ਟਾਈਮ ਅਸਾਂ ਕੈਮਰਾ ਖੁੱਲ੍ਹੇ ਨੇ ਉਹਦੇ ਵੀ ਥੋੜ੍ਹਾ ਥੋੜ੍ਹਾ ਸ਼ਰਮ ਕਰਿਆ ਨੇ ਵੈਲਕਮ ਬੈਕ ਵੀਰ ਤੁਸੀਂ ਵੀਡੀਓ ਦੇਖ ਗਈ ਸੀ ਜਿਵੇਂ ਕਿ ਤੁਹਾਨੂੰ ਮੈਂ ਦੱਸਾਂ ਅਲੀ ਭਾਈ ਨਾਲ ਸਮੇਂ ਦੇ ਪੈ ਮੁਲਾਕਾਤ ਕਰਨ ਤਾਂ ਹੁਣ ਟਾਈਮ ਥੀ ਗਏ ਵੇ 6:05 ਅਸਾਂ ਦੇ ਪੈ ਦੁਕਾਨ ਤੇ ਸੂਰਜ ਮਾਸ਼ਾ ਅੱਲਾ ਸੂਰਜ ਦੇ ਛਾਵਾਂ ਨਿਕਲਿਆ ਖੜਿਆ ਸੁਬਹਾ ਸੁਬਹਾ ਦਾ ਵਿਊ ਚੈੱਕ ਕਰੋ ਸਾਡੇ ਗਾਉਂ ਦਾ ਠੀਕ ਹੈ ਤੇ ਜੁਲਦੇ ਪੈ ਦੁਕਾਨ ਦੇ ਉੱਤੇ ਇਹ ਵੇ ਅਲੀ ਭਾਈ 99 ਫੁੱਫੋ ਵਾਲਾ ਠੀਕ ਹੈ ਜਿਹੜਾ ਮਸ਼ਹੂਰ ਹੈ ਸਾਡੇ ਫਤਿਹਪੁਰ ਦੀ ਸ਼ਾਨ ਉਹ ਸਾਡੇ ਜ਼ਿਲ੍ਹੇ ਦੀ ਸ਼ਾਨ ਅਲੀ ਭਾਈ 99 ਮਾਸ਼ਾ ਅੱਲਾ ਜਿਤਨੇ ਅਸਾਂ ਸੋਚ ਕੇ ਗਏ ਹਸੇ ਕਿ ਇਤਨਾ ਵੱਡਾ ਸਟਾਰ ਸਾਨੂੰ ਟਾਈਮ ਦੇਂਦੇ ਸਾਨੂੰ ਕਿਤਨਾ ਇੱਕ ਟਾਈਮ ਦੇ ਸੀ ਠੀਕ ਹੈ ਟਾਈਮ ਤੋਂ ਬਾਵਾ ਜੋ ਸਾਨੂੰ ਨਾ ਆਪਣੇ ਸਟੂਡੀਓ ਦੇ ਵਿੱਚ ਮਿਲੇ ਠੀਕ ਹੈ ਜਿਹੜਾ ਉਹਨਾਂ ਦਾ ਆਪਣਾ ਸਪੈਸ਼ਲ ਰੂਮ ਹੈ ਏਸੀ ਲੱਗਾ ਹੋਏ ਬੈੱਡ ਪਏ ਸੀ ਆ ਤੁਸਾਂ ਉਹਦੀ ਡੈਕੋਰੇਸ਼ਨ ਦਿੱਤੀ ਹੋ ਸੀ ਮਾਸ਼ਾ ਅੱਲਾ ਮਜ਼ਾ ਹੈ ਔਰ ਜਿਤਨੇ ਵੀ ਉਹਨਾਂ ਸਾਡੇ ਨਸੀਬਾਂ ਦੇ ਵਿੱਚ ਖਾਣਾ ਛਾਣਾ ਹਾਈ ਅਸਾਂ ਉਹ ਖਾਧੇ ਠੀਕ ਹੈ ਬੋਤਲ ਥੀ ਗਈ ਚਿਪਸ ਥੀ ਗਈ ਮਿਠਾਈ ਥੀ ਗਈ ਠੀਕ ਹੈ ਖਾਣੇ ਦਾ ਵੀ ਆਧਾਰ ਹੈ ਤੁਸੀਂ ਬਹੁ ਸ਼ਾਮੀ ਖਾਣਾ ਬਣਾਏ ਨੇ ਖਾਣਾ ਛਾਣਾ ਖਾ ਕੇ ਮੈਂ ਤਾਂ ਅਸਾਂ ਆ ਕੇ ਨਹੀਂ ਸਾਨੂੰ ਨਾਲੋਂ ਜਿਹੜਾ ਅਸਗਰ ਅਤੇ ਉਹ ਰਾਜਾ ਭਾਈ ਹੈ ਉਹਨਾਂ ਦਾ ਕੋਈ ਕੰਮ ਸ਼ਾਮੀ ਤੁਹਾਨੂੰ ਪਤਾ ਉਹ ਵਰਕਸ਼ਾਪ ਦੇ ਵਿੱਚ ਉਹਨਾਂ ਨੇ ਮਤਲਬ ਮਾਰਕੀਟ ਦੇ ਵਿੱਚ ਉਹਨਾਂ ਆ ਕੇ ਅਸਾਂ ਵੇਨੇ ਸਾਨੂੰ ਟਾਈਮ ਫਿਲਲ ਕੋਨੇ ਠੀਕ ਹੈ ਗਾਹਕ ਸ਼ਾਹ ਕਹਿਣ ਪਿੱਛੇ ਦੁਕਾਨ ਪਸੰਦ ਕਰਨੀ ਹੈ ਸ਼ਗਿਰਦ ਵੀ ਖਾਣ ਤੇ ਤਾਂ ਵੱਲ ਕਾਣ ਟਾਈਮ ਅਸੀਂ ਤੇਰੇ ਕੋਲ ਖਾਣਾ ਖਾ ਸਕ ਅਤੇ ਇਹ ਆਵੇ ਮਾਸ਼ਾ ਅੱਲਾ ਅਲੀ ਭਾਈ 99 ਚੈੱਕ ਕਰੋ ਵੀ ਵਾਰ ਮਜ਼ਾ ਹੈ ਮੁਲਾਕਾਤ ਕਰਨ ਦਾ ਮਜ਼ਾ ਮਾਸ਼ਾ ਅੱਲਾ ਇੱਕੜੇ ਆਪਣਾ ਗੌਸੀਆਬਾਦ ਅੱਡੇ ਤੇ ਨਹਿਰ ਵਾਂਦੀ ਪਏ ਵੇ ਔਰ ਕਾਫੀ ਅਰਸੇ ਬਾਅਦ ਨਾ ਨਹਿਰ ਦਾ ਪਾਣੀ ਹੁਣ ਆ ਕੇ ਸਾਫ ਥਾਏ ਵੇ ਠੀਕ ਅੱਗੇ ਪਾਣੀ ਇਹਦੇ ਵਿੱਚ ਮੁਕੰਮਲ ਸਹਿਮ ਵਾਲਾ ਪਾਣੀ ਹੈ ਜਿਤਨਾ ਵੀ ਹੈ ਇੰਨਾ ਸਹਿਮ ਵਾਲਾ ਪਾਣੀ ਹੈ ਹੁਣ ਇਹਦਾ ਪਾਣੀ ਲੱਗਦੇ ਕਿ ਮੱਟ ਵਾਲਾ ਪਾਣੀ ਉਹ ਨਹਿਰੀ ਪਾਣੀ ਹਾਲ ਆ ਜੇ ਦੁਕਾਨ ਹਾਲ ਸਾਰੀਆਂ ਬੰਦ ਪਈਆਂ ਇਹ ਬੰਦ ਪਈ ਦੁਕਾਨ ਇਹ ਵੀ ਬੰਦ ਪਈ ਓਏ ਹਾਲ ਨਾਸਰ ਓਏ ਨਾਸਰ ਮੋਟਰਸਾਈਕਲ ਬਣਾ ਗਿਆ ਬੱਚਾ ਇਵੇਂ ਨਹਿਰ ਨਾਲ ਲੁਲਦੇ ਹੈ ਪੈਦਲ ਅੱਗੋਂ ਸਦਾਮ ਦਾ ਘਰ ਸਦਾਮ ਤੇ ਮੈਂ ਵੱਲ ਇਕੱਠੇ ਵੈਸੇ ਮੋਟਰਸਾਈਕਲ ਦੇ ਠੀਕ ਹੈ ਮੇਰਾ ਜਿਹੜਾ ਮੋਟਰਸਾਈਕਲ ਹੈ ਉਹ ਕੱਲ੍ਹ ਕਰੰਟ ਛੋੜ ਗਏ ਤਾਂ ਵੱਲ ਮਿਸਤਰੀ ਕੋ ਫੋਨ ਕੀਤਾ ਮੈਂ ਫਿਟ ਕਰ ਵਜੇ ਹੁਣ ਮੈਂ ਉਹ ਪੁੱਛ ਦੱਸਣਾ ਕਿ ਉਹ ਹਾਲੇ ਮਿਸਤਰੀ ਆਇਆ ਕੋ ਨਹੀਂ ਠੀਕ ਹੈ ਅੱਜ ਅਸੀਂ ਫਿਟ ਕਰ ਵੈਸੇ ਅੱਜ ਅਸਾਂ ਵੱਲ ਸਦਾਮ ਨਾਲ ਲੁਲਦੇ ਦੁਕਾਨ ਤੇ ਇਹਨੂੰ ਇਸ ਸਾਈਡ ਉੱਤੇ ਬਾਗ ਚੈੱਕ ਕਰੋ ਮਾਸ਼ਾ ਅੱਲਾ
ਦੁਕਾਨ ਪੇ ਜਾ ਰਹੀ ਹੈ ਦੁਕਾਨ ਪੇ ਵਾਲੇਕੁਮ ਅਸਲਾਮ ਚੈਨਲ ਆ ਕਹਾਂ ਪੇ ਜਾ ਰਹੇ ਹੈ ਬੱਚੇ ਅਬੇ ਅਸੇ ਹੈ ਠੀਕ ਹੈ ਗਾੜੀ ਲਗਾਏ ਨਾ ਮੋਬਾਈਲ ਕਿਤੇ ਬਾਹਰ ਕਿਧਰ ਸੇ ਅੱਜ ਕੈਮਰਾ ਮੈਂ ਨਹੀਂ ਹੈ ਗੇ ਇਧਰ ਸੇ ਲਗਾ ਕੈਮਰਾ ਇਹ ਹੈ ਇਹ ਹੈ ਇਹ ਹਾਂ ਆਪਕੀ ਗਾੜੀ ਕਿਧਰ ਗਈ ਹੈ ਗਾੜੀ ਮੇਰੇ ਸਦਾਮ ਕੇ ਪਾਸ ਹੈ ਅੱਛਾ ਪੈਦਲ ਜਾਏਗੇ ਹਾਂ ਇਧਰ ਸੇ ਜਾਓ ਨਾ ਯਾਰ ਅੱਜ ਹਮਕੋ ਵੀ ਲੈ ਜੋ ਦਿਹਾੜੀ ਪੇ ਉਹ ਸਦਾਮ ਸਾਥ ਹੁੰਦਾ ਹੈ ਅਬਦਰਮਾਨ ਸਾਥ ਹੁੰਦਾ ਹੈ ਆਪ ਪੈਦਲ ਜਾਏਗੇ ਹਾਂ ਪੈਦਲ ਨਹੀਂ ਤਿੰਨ ਬੰਦੇ ਜਾਏਗੇ ਇੱਕ ਬਾਈਕ ਪੇ ਅੱਛਾ ਹਮ ਵੀ ਪੰਜ ਛੇ ਬੰਦੇ ਆ ਇਹ ਦੇਖੇ ਇਹ ਕਿਧਰ ਜਾ ਰਹੇ ਹੈ ਇਸ ਮੇ ਜਾਏਗੇ ਹਮ ਦਿਹਾੜੀ ਪੇ ਜਾਏਗਾ ਅੱਛਾ ਇਹ ਲੋਲੀਪੌਪ ਕਿਧਰ ਜਾ ਰਹੇ ਇਹ ਲੋਲੀਪੌਪ ਜੋ ਹੈ ਨਾ ਇਹ ਉਧਰ ਮੌਲਿਕ ਕੇ ਪਾਸ ਜਾ ਰਹੇ ਹੈ